ਸੈਸ਼ਨ ਪੇਸ਼ ਹੋਇਆ। ਲੈ ਹੱਥ ਪੰਜਾ ਵੀ ਨਾਲ ਰਵਾਨ ਹੋ ਜਾ, ਮੈਂ ਦਵਾ ਕਰਸਾ ਮੌਜਾ ਮਾਰ ਉਧਰ ਚੰਦ ਸ਼ੇਰ ਗੁਜਰਾਤੀ ਸ਼ਾਇਰ ਮੁਹੰਮਦ ਨਜ਼ੀਰ ਅਖਤਰ ਉਹਨਾਂ ਨੇ ਲਿਖਿਆ ਹੋਇਆ ਔਰ ਗਾਲਵਨ ਇਸ ਤੋਂ ਪਹਿਲਾਂ ਇਹ ਸ਼ੇਰ ਮਹਿਫਲਾਂ ਵਿੱਚ ਪੇਸ਼ ਨਹੀਂ ਹੋਏ ਹੋਣਗੇ। ਇੱਕ ਦੀਵਾਨਾ ਆਪਣੇ ਮਹਿਬੂਬ ਨੇ ਮੁਹੱਬਤ ਔਰ ਪਿਆਰ ਵਿੱਚ ਸਖਤ ਪਰੇਸ਼ਾਨ ਹੋਣਾ, ਮਜ਼ਬੂਰ ਹੋਣਾ ਤਾਂ ਆਪਣੇ ਘਰ ਤੋਂ ਬਾਹਰ ਨਿਕਲਦਾ। ਇਸ ਤਰ੍ਹਾਂ ਨਾ ਕਰਸੇ ਫਿਰਦੇ ਆ ਜਿਸ ਵੇਲੇ ਬਿਸਮਿਲਲਾ ਮੇਰੇ ਭਾਈ ਜ਼ੈਨ ਕਿਆਨੀ ਦੁਬਈ ਵਿੱਚ ਆ ਬਦੇ ਘਰ ਤੋਂ ਬਾਹਰ ਨਿਕਲਣਾ ਕਿ ਤੱਕਣਾ ਕਿ ਰਸਤੇ ਵਿੱਚ ਗਲੀ ਆ ਜਿਹੜੀ ਪੱਕੀ ਕੋਈ ਨਹੀਂ ਤੁਰਨਾ ਜਾਣਾ ਤਾਂ ਰਸਤੇ ਵਿੱਚ ਗੁਲਾਬ ਨਾ ਫੁੱਲ ਪਏ ਆਉਣਾ ਜਿਹੜਾ ਹੈ ਗੁਲਾਬ ਨਾ ਫੁੱਲ ਆ ਜੀ ਜੀ ਭਾਈ ਸਲੀਮ ਜੀ ਗੁਲਾਬ ਨਾ ਫੁੱਲ ਪਏ ਆਉਣਾ ਉਸਦੀ ਬੜੀ ਖਸਤਾ ਹਾਲਤ ਹੋਣੀ ਤੇ ਦੀਵਾਨਾ ਉਸ ਗੁਲਾਬ ਨੇ ਫੁੱਲਾ ਕੀ ਚਾਹਣਾ ਤੇ ਆਪਣੇ ਹੱਥਾਂ ਪਰ ਰੱਖ ਉਸਦਾ ਚੰਦ ਸਵਾਲ ਕਰਨਾ ਉਹ ਕਿਹੜੇ ਮੁੜ ਗਏ ਜਾ ਕੇ ਮੈਂ ਫਿਰ ਸ਼ੇਰਾ ਨਹੀਂ ਹੈ ਲਾਕਾ ਘੁੱਟਾ ਹੈ ਗੁਲਾਬ ਨਾ ਫੁੱਲ ਹੈ ਸਬਕ ਅਮੋਜ਼ ਹੈ ਸ਼ੇਰ ਨੇ ਕਿਉਂ ਕਿ ਜਿਹੜਾ ਬੰਦੇ ਪਰ ਜਵਾਨੀ ਹੋਇਆ ਤਾਂ ਬੰਦਾ ਬਿਲਕੁਲ ਨਾ ਆਉਣਾ ਕੋਈ ਚੀਜ਼ ਨਜ਼ਰ ਨਹੀਂ ਆਉਣੀ ਤੇ ਜਿਹੜਾ ਗੁਲਾਬ ਨਾ ਫੁੱਲ ਹੈ ਨਾ ਇਸ ਲਈ ਪਰ ਵੀ ਉਸ ਵੇਲੇ ਜਵਾਨੀ ਸੀ ਜਿਸ ਵੇਲੇ ਉਸ ਬੰਦੇ ਉਸ ਕੀ ਤੱਕਿਆ ਤੇ ਜਿਸ ਵੇਲੇ ਪੈਰਾਂ ਵਿੱਚ ਰੁਲਣਾ ਉਸ ਮਿੱਟੀ ਵਿੱਚ ਸੁੱਕਿਆ ਤੱਕਿਆ ਤਾਂ ਉਸ ਨੇ ਕੋਲ ਪੁੱਛਣਾ
ਕਰੋ ਵੀ ਤਸ਼ਰੀਫ ਫਰਮਾਓ ਜੀ, ਵੈਲਕਮ ਜੀ ਇਹਨੂੰ ਬੜੀ ਪਿਆਰੀ ਰਬਾਈ ਮੇਰੇ ਬਾਈ ਨੇ ਪੇਸ਼ ਕੀਤੀ ਹੈ। ਦੀਵਾਨੇ ਇੱਕ ਮਕਾਨ 'ਤੇ ਲਿਖਿਆ ਹੈ